ਤਰੀਕ ਦੀਆਂ ਵੋਟਾਂ ਹਨਾ ਓਏ 29 ਦੀਆਂ ਵੋਟਾਂ ਦਾ ਆਪਾਂ ਨੂੰ ਕੀ ਫਾਇਦਾ ਯਾਰ, ਕਿਉਂ ਨਾ ਤਾਂ ਕੋਈ ਭੁੱਕੀ ਬਣਦਾ, ਸਹੀ ਗੱਲ ਹਨਾ, ਕੋਈ ਸਰਪੰਚ ਸ਼ਰਾਬ ਦਿੰਦਾ ਗਾ, ਹੁਣ ਆਪਣਾ ਕਾਹਦਾ ਫਾਇਦਾ ਗਾ, ਉਹ ਆਇਆ ਪਾ ਕੇ ਚੁਗਲੀ ਜੀ ਕਰ ਦਿੰਦੇ ਹਨਾ ਓਏ, ਆ ਤੈਨੂੰ ਚੁਗਲੀ ਦਾ ਸੁਭਾਅ ਜ਼ਿਆਦੇ ਨਾਲੇ, ਤੂੰ ਕਿਹੜਾ ਘੱਟ ਆ ਓਏ, ਤੂੰ ਵੀ ਬਰੋਬਰੀ ਆ, ਆਹੋ ਆਪਾਂ ਕਰਦੇ ਰਹੇ ਹੁਣ ਕੋਈ ਚੁਗਲੀ ਆਪਣੀ ਉਹ ਨਹੀਂ ਕਰਦੇ, ਹਾਂ ਇਹ ਤਾਂ ਤੇਰੀ ਗੱਲ ਸਹੀ ਆ ਹਨਾ ਓਏ, ਤਾਂ ਲੋਕ ਸਿਆਣੇ ਹੋਵੇ, ਉਹ ਕਿੱਧਰ ਤੁਰਿਆ ਆਉਂਦਾ ਓਏ, ਉਹ ਵਿਲੜਾ, ਮੈਨੂੰ ਕਿਹਾ ਬਈ, ਤੁਰਿਆ, ਹੋਰ ਕਿਹਨੂੰ ਕਿਹਾ ਬਈ, ਤੈਨੂੰ ਹੀ ਕਿਹਾ ਤੂੰ ਵਿਲੜਾ ਤੁਰਿਆ ਕਰਦਾ ਰਹਿਣਾ, ਉਹ ਯਾਰ ਮੇਰਾ ਨਾ ਕਿੰਦਰ ਆ ਬਈ ਯਾਰ, ਭਰਾਵਾ ਕੰਮ ਕਰ ਲਿਆ ਕਰ ਕੋਈ, ਸਾਰਾ ਦਿਨ ਕਿਤੇ ਐ ਲੰਘਿਆ ਕਿਤੇ ਐ ਲੰਘਿਆ, ਉਹ ਬਈ ਕੰਮ ਖੇਤ ਜਾਣਾ, ਕੰਮ ਹੀ ਕਰਦੇ ਆ ਯਾਰ, ਖੇਤ ਨੂੰ ਦੇਖਿਆ ਨਹੀਂ ਕੰਮ ਕਰਦੇ ਨੂੰ ਕਿਤੇ ਯਾਰ, ਕੰਮ ਤਾਂ ਬਈ ਹੁਣ ਸਾਰਾ ਦਿਨ ਖੇਤ ਕੰਮ ਮੈਂ ਹੀ ਕਰਦਾ ਯਾਰ, ਉਹ ਬਈ ਅਸੀਂ ਤੈਨੂੰ ਕਿਤੇ ਦੇਖਿਆ ਨਹੀਂ, ਮੈਂ ਤਾਂ ਤੈਨੂੰ ਦੇਖਿਆ ਨਹੀਂ ਬਈ, ਤੂੰ ਦੇਖਿਆ ਤੁਹਾਨੂੰ ਮੈਂ ਵੀ ਨਹੀਂ ਕਿਤੇ ਕੰਮ ਕਰਦਿਆਂ ਨੂੰ, ਤੂੰ ਦੇਖਿਆ ਕਿਤੇ ਨੂੰ ਕੰਮ ਕਰਦੇ, ਓਏ ਆ ਥੜੇ ਤੇ ਹੁੰਨੇ ਹੋ ਜਾਂ ਉਧਰਲੇ ਤੇ ਹੁੰਨੇ ਹੋ, ਕਿਤੇ ਕਿਹਦੀ ਲੱਤ ਫੜ ਲਈ ਕਿਤੇ, ਤੈਨੂੰ ਮੈਂ ਇੱਕ ਗੱਲ ਦੱਸਾਂ, ਜਿੰਨੇ ਵਾਰ ਤੂੰ ਮੈਨੂੰ ਟੱਕਰਿਆ ਹਨਾ ਤੂੰ ਕਿਤੇ ਆਏ ਨੂੰ ਲੰਘਿਆ ਨਾ ਕਰਨ ਹੋਣਾ, ਬਈ ਤੂੰ ਵਿਲੜ ਕਹਿੰਦਾ ਸੀ ਕੰਮ ਵੀ ਕਰ ਲਾਂਗੇ, ਤੁਹਾਨੂੰ ਦੱਸ ਵੀ ਦੇਵਾਂਗੇ, ਪਰ ਤੁਹਾਨੂੰ ਦੱਸਾਂ ਤੁਹਾਡੇ ਕੋਲੇ ਚੁਗਲੀ ਤੋਂ ਬਿਨਾ ਕੋਈ ਕੰਮ ਨਹੀਂ ਦਊਂਗਾ ਕੋਲੇ, ਤੁਹਾਡੇ ਵਰਗੇ 2000 ਬੰਦੇ ਪਿੰਡ, ਤੂੰ ਕੰਮ ਕਰਕੇ ਦਿਖਾ ਦੇ ਯਾਰ, ਨਹੀਂ ਕਰ ਸਕਦਾ ਤੂੰ, ਸਿਖਾ ਦੱਸ, ਆਓ ਦੇਖ ਲਾਂਗੇ ਤੈਨੂੰ ਕੰਮ ਲੱਖਿਆ, ਦੇਖ ਲੈ ਭਲਾਈ ਦਾ ਜ਼ਮਾਨਾ ਹੈ ਨਹੀਂ, ਕਹਿਣ ਦਾ ਕਿਸੇ ਨੂੰ ਫਾਇਦੇ ਨਹੀਂ, ਦੇਖ ਲੈ ਗੱਲ ਪੈਂਦਾ ਹਨਾ ਤੂੰ, ਆਹੋ ਲੈ ਵੱਡਾ ਕੰਮ ਵਾਲਾ, ਕਿਤੇ ਮਗਰ ਕੇ ਲੜਾਈ ਹੋਊਗੀ ਉਹ ਮੈਂ ਸੁਣਿਆ, ਹਾਂ ਹੋ ਗਈ ਬਈ ਲੜਾਈ ਤਾਂ, ਕੀ ਚੱਕਰ ਸੀਗਾ ਤੇਰਾ, ਲਿਆਜੀ ਸੀ ਮੁੰਡਾ ਹਨਾ, ਉਹ ਲਿਆਜੀ ਦਾ ਸੀਗਾ, ਹਾਂ ਮੈਥੋਂ ਨਾ ਉਹਨਾਂ ਦੇ ਗੱਲ ਜੀ ਛਿੜਪੀ ਯਾਰ, ਮੈਨੂੰ ਨਿਕਲ ਜਾਂਦੇ, ਮੈਨੂੰ ਪਹਿਲੀ ਪਤਾ ਸੀ ਤੂੰ ਚੁਗਲ ਖੋਰ ਲੜਾਏਗਾ ਉਹਨਾਂ ਨੂੰ, ਚੁਗਲੀ ਦੀ ਗੱਲ ਨਹੀਂ, ਮੈਂ ਕਿਹਾ ਵੀ ਤੇਰਾ ਡੈਡੀ ਜੀ ਵਾਲੀਆਂ ਗੋਲੀਆਂ ਖਾਂਦਾ ਤੇ ਨਾਲੇ ਭੁੱਕੀ, ਅੱਛਾ ਐਂ ਕਲੇਸ਼ ਜਾ ਪੈ ਗਿਆ ਉਹਨਾਂ ਦੇ ਘਰ, ਇੰਨੀ ਗੱਲ ਤੇ ਕਲੇਸ਼ ਪੈ ਗਿਆ, ਹੋਰ ਆਹੀ ਗੱਲ ਸੀ, ਕੋਈ ਵੱਡੀ ਗੱਲ ਨਹੀਂ ਸੀ, ਅੱਛਾ ਉਹ ਮੈਂ ਸੁਣਿਆ ਯਾਰ ਕਹਿੰਦੇ ਉਹਨੇ ਵਿਲੜ ਜੀ ਨੇ ਕਹਿੰਦੇ ਕੰਮ ਚਲਾ ਲਿਆ ਯਾਰ ਕਿੰਦਰ ਨੇ, ਉਹੀ ਮਾਰੀ ਜਾਂਦਾ ਤੈਨੂੰ ਕਿਉਂ ਨਾ ਦੱਸਦਾ, ਦੱਸਦੇ ਆ ਪਿੰਡ ਚੋਂ ਬੰਦੇ ਕਹਿੰਦੇ ਮੁਰਗੀਆਂ ਦਾ ਫਾਰਮ ਖੋਲ ਲਿਆ ਤੇ ਬੱਕਰੀਆਂ ਰੱਖ ਲਈਆਂ ਯਾਰ, ਮੈਂ ਨਹੀਂ ਸੱਚ ਮੰਨਦਾ ਬਾਈ, ਉਹ ਸੁਣਿਆ ਚੱਲ ਸਵਾਦ ਲੈ ਕੇ ਅੱਗੇ ਪਤਾ ਨਹੀਂ ਚੱਲ ਗਏ ਓਏ, ਹੋਰ ਲੱਖਾਂ ਦੇ ਫੁੰਡੀ ਜਾ ਜਿੱਥੇ ਮਿਲਣਗੇ ਟਾਊਟ ਮਾਰਦੇ, ਕਿਉਂਕਿ ਵਿਹਲੇ ਤੁਰੇ ਫਿਰਦੇ ਹੋ ਐਂ ਕਰਦੇ ਹੋ, ਨਾਲੇ ਸਾਰਾ ਦਿਨ ਆਪਾਂ ਕੰਮ ਕਰਦੇ ਆ, ਹੁਣ ਮਿਲਣ ਦੇ ਪਰ ਉਹਨਾਂ ਨੂੰ ਕਹਿਣ ਦਾ ਕੀ ਫਾਇਦਾ ਯਾਰ, ਸਾਰੇ ਪਿੰਡ ਚੁਗਲੀ ਕਰਦੇ, ਸਾਰੇ ਪਿੰਡ ਚ ਸਾਰਿਆਂ ਨੂੰ ਲੜਾ ਦਿੰਦੇ ਆ ਉਹ, ਹਣੀ ਉਹਨਾਂ ਨੇ ਕੋਈ ਘਰ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਕਲੇਸ਼ ਨਹੀਂ ਪਵਾਇਆ ਯਾਰ, ਅਜੇ ਤੇ ਵੀ ਰਾਜ ਅਜੇ ਮੈਨੂੰ ਕਹਿੰਦੇ ਕਿ ਤੂੰ ਪਹਿਲਾਂ ਜਿਵੇਂ ਆਪਦੀਆਂ ਬੱਸਾਂ ਚੱਲਦੀਆਂ ਹੁੰਦੀਆਂ ਨੇ, ਅਵਾਨੀ ਡਾਨੀ ਹੁੰਦੇ ਆ, ਕਿਤੇ ਆਹ ਥੜੇ ਤੇ ਬੈਠੇ ਕਿਤੇ ਉਹ ਤੇ ਬੈਠੇ, ਚਲ ਆਪਾਂ ਕਾਹਨੂੰ ਮੈਲ ਧੋਤੀ ਉਹਨਾਂ ਦੀ ਆ ਯਾਰ, ਝੋਨੇ ਚ ਕੱਖ ਕੱਢ ਗਏ ਯਾਰ, ਹੁਣ ਆਇਆ ਸੀ ਨਹੀਂ ਯਾਰ, ਫਿਰ ਦੇਖ ਕੇ ਕੀ ਕੰਮ ਲਾਂ ਕੇ ਕਰਾਂ, ਹੈਲੋ ਗੇਟ ਜਾਂ ਕਿੱਧਰ ਖੋਲੀ ਨਾ ਫਾਰਮ ਬਾਈ, ਸਾਨੂੰ ਵੀ ਦਿਖਾ ਦੇ ਯਾਰ, ਫਾਰਮ ਯਾਰ ਤੁਹਾਨੂੰ ਕਿਹਨੇ ਦੱਸਤਾ ਓਏ, ਮੈਨੂੰ ਪਤਾ ਯਾਰ ਕਮਾਲ ਕਰੀ ਜਾਂਦਾ ਯਾਰ ਤੂੰ, ਚੱਲ ਜਦੋਂ ਆਈ ਗਏ ਦਿਖਾ ਦਿੰਦੇ ਆ, ਆਇਆ ਸਣੀ ਯਾਰ 10 ਮਿੰਟ ਪਿੰਡ ਚ ਕਹਿਦਾ ਹੋਣਾ ਕਿਸੇ ਨੇ, ਬਾਹਵਾ ਮਾਲ ਜਿਹਾ ਰੱਖ ਲਿਆ ਹੈ, ਹਾਂ ਬਾਈ ਬਸ ਕੰਮ ਕਰੀਦਾ, ਮਿਹਨਤ ਕਰੀਦੀ ਆ ਆਪਦੀ, ਕਿੰਨਾ ਖਰਚਾ ਆ ਗਿਆ ਇਹਦੇ ਕੋਲੇ, ਖਰਚਾ ਕਿਵੇਂ ਤੁਸੀਂ ਕਰਨਾ ਕੰਮ ਇਹ, ਨਹੀਂ ਕਰਨਾ ਨਹੀਂ ਮੈਂ ਤਾਂ ਪੁੱਛਿਆ ਹੂੰ ਤਾਂ, ਮੈਂ ਕੋਈ ਨਾ ਤੂੰ ਕਰਨਾ ਹੋਵੇ ਦੱਸ ਦੇਂਗੇ ਬਾਈ ਯਾਰ, ਚੰਗੀ ਗੱਲ ਹੀ ਆ, ਅਜੇ ਕਰਿਆ ਨਹੀਂ ਹਿਸਾਬ ਕਿਤਾਬ ਜੀ ਅਸੀਂ, ਹਾਂ ਹਾਂ ਵਧੀਆ ਬਾਈ, ਤੇ ਹੋਰ ਅੱਜ ਮਗਰ ਕੇ ਕੀ ਹੋ ਗਿਆ ਕੱਲ ਓਏ, ਮਗਰ ਕੇ ਯਾਰ ਲੜਾਈ ਹੋ ਗਈ ਯਾਰ, ਗੱਲ ਤਾਂ ਉਹ ਛੋਟੀ ਕਰਤੀ ਹੋਣੀ ਕੋਈ ਬਹਿਬ, ਤੁਹਾਡੇ ਕੋਲੇ ਬਹਿਬ ਤਾਂ ਇਹਦੇ ਕੋਲੇ ਵੀ ਤੇਰੇ ਕੋਲੇ ਹੋਰ ਨਹੀਂ, ਬਹਿਬ ਤੇ ਨਹੀਂ ਯਾਰ, ਹੋਰ ਹੁਣ ਮੈਂ ਤਾਂ ਕੱਲਾ ਹੀ ਕਿਹਾ ਸੀ, ਹਾਂ ਵੀ ਛੋਟਾ ਪਿਓ ਹਨਾ, ਹਾਂ ਜੀ ਵਾਲੀਆਂ ਗੋਲੀਆਂ ਦੇ ਭੁੱਕੀ ਖਾਂਦਾ, ਪੁੱਤਾਂ ਨੂੰ ਐਂ ਦੱਸਿਆ ਸੀ ਯਾਰ, ਤੈਨੂੰ ਕੀ ਲੋੜ ਸੀ ਦੱਸਣ ਦੀ, ਉਹਨਾਂ ਦੇ ਮੁੰਡੇ ਕੋਲੇ ਜਾਂਦੇ ਬੁੜੀਆਂ ਕੋਲੇ ਗੱਲ ਕਰਨ ਦੀ, ਉਹ ਮੇਰੇ ਮੂੰਹ ਚੋਂ ਨਿਕਲ ਗਿਆ ਯਾਰ, ਇੰਨੀ ਗੱਲ ਫਿਰ ਬਾਹਲੀ ਵੱਡੀ ਤਾਂ ਨਹੀਂ ਕੋਈ ਗੱਲ ਹੋਈ, ਇੱਥੇ ਤੁਸੀਂ ਸਾਡੇ ਕੋਲੇ ਕਿਵੇਂ ਆਏ ਅੱਜ, ਇਹਨਾਂ ਨੂੰ ਕਿਉਂ ਲਿਆਉਣਾ ਸੀ ਯਾਰ, ਆਪੀ ਆ ਗਏ ਯਾਰ, ਕਿਵੇਂ ਆਏ ਹੋ, ਉਹ ਤੇ ਯਾਰ ਹੁਣ ਪਤਾ ਲੱਗਿਆ ਪਿੰਡ ਚੋਂ ਹੈ, ਹਾਂ ਆਹ ਚਲ ਅਸੀਂ ਪਤਾ ਕਰੇ ਆਈਏ ਯਾਰ, ਹਾਂ ਤੂੰ ਆਇਆ ਕਿੰਦਰਾ, ਹਾਂ ਬੱਕਰੀਆਂ ਦਾ ਫਾਰਮ ਦਾ ਜਣੇ ਖਣੀ ਕਰੀ ਜਾਂਦੇ ਆ ਯਾਰ, ਤੰਤ ਨਹੀਂ ਇਹ ਕੋਈ ਵਾਲਾ, ਤੇ ਬਾਈ ਫਿਰ ਕੋਈ ਗੱਲ ਨਹੀਂ, ਅਸੀਂ ਮਿਹਨਤ ਕਰਾਂਗੇ ਕੰਮ ਹੋਈ ਜਾਂਦਾ ਹੌਲੀ ਹੌਲੀ, ਬੰਦਾ ਤਰੱਕੀ ਕਰਦਾ, ਇੱਕਦਮ ਥੋੜਾ ਕਰਦਾ ਤਰੱਕੀ, ਹੈਗਾ ਨਫਾ ਕੋਈ ਇਹਦੇ ਚ, ਨਫਾ ਤਾਂ ਹੁਣ ਜੇ ਖੋਲਿਆ ਬਾਈ ਪੈਸੇ ਲਾਇਆ ਤੇ ਮਿਹਨਤ ਕਰਦੇ ਨਫਾ ਤਾਂ ਕੱਢਾਂਗੇ, ਨਫੇ ਬਾਤ ਹੀ ਕਰਦਾ ਬੰਦਾ ਕੰਮ ਕੋਈ ਨਾ ਕੋਈ, ਮੈਂ ਤੇਰੀ ਕਹੂੰ ਤਾਂ ਮੈਂ ਚੱਲ ਆਇਆ ਮੈਂ ਪੁੱਛ ਲਈਏ ਯਾਰ, ਉਹ ਇੱਕ ਗੱਲ ਤਾਂ ਹੈਗੀ ਹਨਾ ਸਣੀ, ਦਾਤੀ ਦੇ ਇੱਕ ਪਾਸੇ ਦਿੰਦੇ ਆ ਲੋਕਾਂ ਦੇ ਦੋ ਪਾਸੇ ਆ ਹਨਾ, ਉੱਥੇ ਲੰਘਿਆ ਆਵਾਂ ਮੈਂ ਇੱਕ ਦਿਨ ਤੇ ਮੈਨੂੰ ਨਾਲੇ ਮੈਂ ਸਾਰਾ ਦਿਨ ਖੇਤ ਹੁੰਦਾ, ਮੈਨੂੰ ਕਹਿੰਦੇ ਕਿ ਵਿਹਲਾ ਤੁਰਿਆ ਫਿਰਦਾ ਇੱਧਰ, ਉਹ ਵਿਹਲੜਾ ਜਿਹਾ ਤੇ ਆਪ ਕੋਈ ਥੜਾ ਨਹੀਂ ਛੱਡਦੇ ਇਹ, ਤੇ ਹੁਣ ਅੱਗੇ ਇਹਦੇ ਵਿੱਚ ਨਫਾ ਹੈਗਾ, ਤੁਸੀਂ ਕੀ ਕਰ ਲਿਆ ਐਂ ਕਰ ਲਿਆ, ਤੁਸੀਂ ਬਾਈ ਨਾ ਤਾਂ ਲੋਕਾਂ ਨੂੰ ਜਿਹਦਾ ਕੋਈ ਕੰਮ ਕਰਦਾ ਉਹਦੀਆਂ ਲੱਤਾਂ ਖਿੱਚਦੇ ਹੋ,
ਜੇ ਕੋਈ ਊਂ ਤੁਰਿਆ ਫਿਰਦਾ ਤੁਸੀਂ ਉਹਦੀਆਂ ਲੱਤਾਂ ਖੇਚਦੇ ਹੋ, ਤੁਸੀਂ ਨੀ ਜਾਣ ਦਿੰਦੇ ਲੋਕ ਦੁਨੀਆਂ। ਇੱਕ ਗੱਲ ਹੈਗੀ ਯਾਰ, ਜਿਹੜਾ ਬੰਦਾ ਲੋਕਾਂ ਮਗਰ ਲਾਉਂਦਾ ਬੰਦਾ ਕਾਮਯਾਬ ਨੀ ਹੋ ਸਕਦਾ ਹਨਾ, ਤੇ ਲੋਕਾਂ ਨੀ ਸੁਣਦਾ ਗਾ। ਬਾਈ ਚਾਹ ਪੀਣੀ ਦਾ ਦੱਸ ਦਿਓ ਬਣਾਵਾਂਗੇ, ਤੇ ਨਹੀਂ ਬਾਈ ਬਣ ਕੇ ਪਹੀ ਹੋ ਜਾਂਦੀ ਆ, ਸਾਨੂੰ ਕੰਮ ਕਰ ਲੈਣ ਤੁਸੀਂ ਜਾ ਲੋ ਯਾਰ। ਧੰਨਵਾਦ ਤੁਹਾਡਾ, ਤੁਸੀਂ ਮਾਨ ਸਤਿਕਾਰ ਸਾਡੇ ਕੋਲ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਵੜੋ ਹੋ ਜਾਂਦੀ ਹੈ ਬਈ, ਐਸ ਨੀ ਯਾਰ।